देश की आजादी लई अपनी जिंदगी लगाउण वाले आजादी घुलाटियां दे परिवारां दे केंद्र ते पंजाब सरकार किन्नी कु कदर पाउंदी है। इस दी मिसाल जिला तरनतारण दे पिंड बूरचंद विखे एक पुराने नानकशाही इट्टा दे बने घर विच जिंदगी दे दिन कटदे गदरी बाबा बघेल सिंह दे मुत बने पुत अमरजीत सिंह उम्र 65-70 साल तो मिलदी है, जो अजकल भुखमरी दा शिकार है। इस बारे जानकारी देंदिया बुजुर्ग अमरजीत सिंह ने दस्या कि बाबा बघेल सिंह अते बाबा चन्नण सिंह ने अंग्रेज सरकार वेले पिंड पदरी अंग्रेजा दे पिट्ठू शाहूकार कपूरे नू सोदा ला के कतल कीता सी, जिस कारण 15 बब्बर अकालिया नू अंग्रेज सरकार ने गिरफ्तार कीता सी, जिस विच दोवें भरा चन्नण सिंह अते बघेल सिंह सन। बाबा चन्नण नू तां उस वेले कतल विच फांसी हो गई अते बाबा बघेल सिंह नू उम्र कैद अते काले पानी दी सजा हो गई। उस मौके अंग्रेज सरकार ने बाबा चन्नण सिंह अते बघेल सिंह दी जमीन जायदाद सब जब्त कर ली। 1934 विच बाबा बघेल सिंह जदों सजा कट के अपने पिंड आया तां मैनू कानूनी तौर ते मुतबणा पुत बना लिया। उसने दस्या कि उसका विआह होया सी पर पत्नी छड के चली गई सी अते ओह अपने मां प्रकाश कौर नाल रह के रिक्शा चला के जिंदगी दे दिन पूरे कर रहा सी। उसने दस्या कि कुछ साल पहला उसकी माँ भी इस जहान तो रुखसत हो गई सी, जिस कारण वह इकला रह गया ते हुण बुजुर्ग होण करके रिक्शा भी नहीं चला सकता। हाँ जी बाबा जी, की नाम है तुहाडा? साडा नाम अमरजीत सिंह है। उम्र किन्नी है जी? 60 साल। पिंड केड़ा जी? बूरचंद। अच्छा जी, ये तुहाडा गदरी बाबे नाल की संबंध है जी? गदरी बाबे जिहड़े सी बघेल सिंह, उन्हें मैनू भी पुत बनाया ही मतवन्ना। अच्छा जी, ते एक गेट भी बनया होया बघेल सिंह चन्नण सिंह दे। अच्छा जी, ते की कीता सी उन्होंने देश दी आजादी लई? भला देश दी आजादी लई भी उन्होंने संघर्ष किया ही, लड़ाई की थी। अच्छा, किन्नी उम्र है ताडी? साडी उम्र 60 साल। अच्छा, ते की गल, की हालात है हुण ताडे घर दे जी? ਸਾਡੇ ਹਾਲਾਤ ਇਹ ਹੋਇਆ ਵੀ ਪਹਿਲਾਂ ਤਾਂ ਰਿਕਸ਼ਾ ਚਲਾ ਲਈਦਾ ਸੀ ਅਤੇ ਹੁਣ ਸਾਲ ਸਾਰਾ ਹੋ ਗਿਆ, ਹੁਣ ਰਿਕਸ਼ਾ ਨਹੀਂ ਗਾ ਚੱਲਦਾ। ਠੀਕ ਹੈ, ਰੋਟੀ ਕਿਵੇਂ ਖਾ ਰਹੇ, ਕਿੱਥੋਂ ਖਾ ਰਹੇ ਜੀ? ਰੋਟੀ ਲਿਆ ਕੇ ਕਿਸੇ ਕਿੱਦੇ ਘਰੋਂ ਖਾਈਦੀ ਆ, ਪੱਕਦੀ ਨਹੀਂ ਜੀ, ਅੱਗੇ ਪਹਿਲਾਂ ਪਕਾ ਲਈਦੀ ਸੀ। ਕਿ ਸਰਕਾਰ ਨੇ ਤੁਹਾਡੀ ਆਵਾਜ਼ ਸੁਣੀ ਆ? ਨਹੀਂ, ਸਰਕਾਰ ਨੇ ਸਾਡੀ ਕੋਈ ਆਵਾਜ਼ ਨਹੀਂ ਸੁਣੀ। ਕਿੰਨੀ ਜ਼ਮੀਨ ਸੀ ਤੁਹਾਡੇ ਕੋਲ? ਸਾਡੇ ਕੋਲ ਜ਼ਮੀਨ 5-6 ਕਨਾਲਾਂ ਸੀ। ਅੱਛਾ, ਉਹ ਕਿੱਥੇ ਗਈ? ਉਹ ਜਿਹੜਾ ਜ਼ਮੀਨ ਸੀ ਉਹ ਘਰ ਦੇ ਪੈਸੇ ਲੈ ਕੇ ਅਤੇ ਉਹ ਫਰਾਰ ਹੋ ਗਏ। ਉਸ ਤੋਂ ਬਾਅਦ ਜ਼ਿੰਦਗੀ ਤੁਹਾਡੀ ਬੜੀ ਮਾੜੀ ਨਿਕਲੀ, ਉਹਦੇ ਬਾਰੇ ਸਰਕਾਰ ਨੇ ਤੁਹਾਡੇ ਪਿੰਡ 'ਚ ਇੱਕ ਗੇਟ ਵੀ ਬਣਾ ਦਿੱਤਾ ਉਹਨਾਂ ਦੇ ਨਾਂ ਦਾ। ਤੁਸੀਂ ਸਰਕਾਰ ਨੂੰ ਆਵਾਜ਼ ਪਹੁੰਚਾਈ ਆ ਵੀ ਮੇਰੇ ਨਾਲ ਮੇਰੀ ਹਾਲਾਤ ਇਸ ਤਰ੍ਹਾਂ ਦੇ? ਨਹੀਂ, ਸਰਕਾਰ ਤੱਕ ਸਾਡੀ ਕੋਈ ਆਵਾਜ਼ ਨਹੀਂ ਪਹੁੰਚੀ। ਕੀ ਮੰਗ ਕਰਦੇ ਜੀ? ਅਸੀਂ ਇਹੋ ਮੰਗ ਕਰਦੇ ਕਿ ਸਾਡੀ ਮਦਦ ਕੀਤੀ ਜਾਵੇ। ਇਹ ਪ੍ਰਸ਼ੰਸਾ ਪੰਤਰ ਕਿੱਥੋਂ ਮਿਲਿਆ ਜੀ? ਇਹ ਮਹਾਰਾਣਾ ਪ੍ਰਤਾਪ ਦੇ ਵੇਲੇ ਦਾ ਮਿਲਿਆ ਹੋਇਆ। ਠੀਕ ਹੈ ਜੀ, ਉਹਨਾਂ ਨੇ ਦਿੱਤਾ? ਉਹਨਾਂ ਨੇ ਦਿੱਤਾ ਹੈ। ਕੀ ਮੰਗ ਕਰਦੇ ਜੀ ਉਹਨੂੰ? ਅਸੀਂ ਇਹੋ ਮੰਗ ਕਰਦੇ ਹਾਂ ਵੀ ਸਾਡੀ ਵੀ ਮਦਦ ਕੀਤੀ ਜਾਵੇ। ਠੀਕ। ਹਾਂਜੀ ਬਾਬਾ ਜੀ, ਕੀ ਨਾਮ ਹੈ ਤੁਹਾਡਾ? ਬਲਬੀਰ ਸਿੰਘ। ਅੱਛਾ, ਇਹ ਇੱਕ ਅਸੀਂ ਪਿੰਡ ਆਏ ਬੂਰਚੰਦ, ਇੱਥੋਂ ਦੇ ਇੱਕ ਬਜ਼ੁਰਗ ਹੈ, ਉਹਨਾਂ ਦੇ ਕੀ ਹਾਲਾਤ ਹੈ, ਕੀ ਹੈ? ਉਹਨਾਂ ਦੇ ਹਾਲਾਤ ਇਸ ਟਾਈਮ ਬਹੁਤ ਮੰਦੇ ਆ, ਬਹੁਤ ਜਾੜੇ ਨੇ, ਰੋਟੀ ਤੋਂ ਵੀ ਆਤ ਰਿਹਾ, ਕਦੀ ਕਿਸੇ ਘਰੋਂ ਖਾਣੀ, ਕਦੀ ਕਿਸੇ ਉਹ ਖਾਣੀ। ਇਹ ਜੀ ਆਪਣੇ ਆਪ ਨੂੰ ਗਦਰੀ ਬਾਬਿਆਂ ਦੇ ਨਾਲ ਸੰਬੰਧਿਤ ਪਰਿਵਾਰ ਦੱਸ ਰਿਹਾ। ਹਾਂਜੀ, ਅਤੇ ਕੀ ਇਹਨਾਂ ਦਾ ਕੋਈ ਹੈ, ਇਹਨਾਂ ਦਾ ਲੈਣ ਦੇਣ ਗਦਰੀ ਬਾਬਿਆਂ ਦੇ ਨਾਲ? ਹੈਗਾ ਸੀ ਜੀ, ਇਹਨਾਂ ਦੇ ਤਾਇਆ ਸੀ, ਉਹਨੇ ਇਹਨੂੰ ਮਤਮੰਨਾ ਬਣਾਇਆ ਅਤੇ ਉਹਦਾ ਗਦਰੀ ਬਾਬਿਆਂ 'ਚ ਹੀ ਉਹ 20 ਸਾਲ ਵੱਜਿਆ ਵੀ ਸੀ, ਅਤੇ ਜਿਹੜਾ ਦੂਜਾ ਸੀ ਉਹਦਾ ਭਰਾ, ਉਹਨੂੰ ਫਾਂਸੀ ਲੱਗੀ ਸੀ। ਕੀ ਨਾਂ ਸੀ ਉਹਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ? ਉਹਦਾ ਨਾਂ ਸਰਦਾਰ ਬਘੇਲ ਸਿੰਘ। ਕੀ ਮੰਗ ਕਰਦੇ ਜੀ ਹੁਣ ਤੁਸੀਂ ਇਹਨਾਂ ਬਾਰੇ? ਅਸੀਂ ਇਹਨਾਂ ਲਈ ਮੰਗ ਕਰਦੇ ਵੀ ਇਹਦਾ ਕੋਈ ਰੋਟੀ ਪਾਣੀ ਦਾ ਪ੍ਰਬੰਧ ਬਣੇ, ਵੀ ਇਹ ਵੇਲੇ ਬਹੁਤ ਤੰਗ ਆ, ਪੈਨਸ਼ਨ ਲੱਗੇ ਚ ਕਿਸੇ ਤਰ੍ਹਾਂ ਵੀ ਸਰਕਾਰ ਇਹਦੀ ਕੋਈ ਅੱਗੇ ਪੈਨਸ਼ਨ ਲੱਗੀ ਕੋਈ ਇਹਨਾਂ ਦੀ? ਨਹੀਂ, ਅੱਗੇ ਕੋਈ ਨਹੀਂ ਪੈਨਸ਼ਨ। ਆਟਾ ਦਾਲ ਸਕੀਮ ਕੋਈ ਮਿਲਦੀ ਆ? ਨਹੀਂ, ਉਹਦੇ ਹੁਣ ਬੰਦ ਹੈ, ਆਟਾ ਦਾਲ ਵੀ ਬੰਦ, ਕੋਈ ਬੰਦ ਨਹੀਂ ਮਿਲਦਾ ਇਸ ਟਾਈਮ। ਠੀਕ। ਹਾਂਜੀ ਹਾਂਜੀ ਵੀਰ ਜੀ, ਕੀ ਨਾਮ ਹੈ ਤੁਹਾਡਾ? ਆਪਣਾ ਵੀਰ ਜੀ ਨਾਮ ਸਰਵਣ ਸਿੰਘ ਹੈ। ਅੱਛਾ ਵੀਰ ਜੀ, ਅੱਜ ਅਸੀਂ ਆਏ ਹਾਂ ਪਿੰਡ ਬੂਰਚੰਦ ਦੇ ਵਿੱਚ ਅਤੇ ਉੱਥੋਂ ਦੇ ਇੱਕ ਬਜ਼ੁਰਗ ਆ ਅਮਰਜੀਤ ਸਿੰਘ, 70 ਸਾਲ ਉਮਰ ਹੈ,
ਤੇ ਉਹਨਾਂ ਨੇ ਆਪਣੇ ਆਪ ਨੂੰ ਗਦਰੀ ਬਾਬਿਆਂ ਦੇ ਨਾਲ ਸੰਬੰਧਿਤ ਪਰਿਵਾਰ ਦੱਸਿਆ। ਕੀ ਮਾਮਲਾ ਹੈ ਤੁਹਾਨੂੰ ਪਤਾ ਜੀ? ਇਹ ਵੀਰ ਜੀ, ਅੱਜ ਆਪਾਂ ਪਿੰਡ ਬੋੜਚੰਦ ਦੇ ਵਿੱਚ ਖੜੇ ਹਾਂ। ਜਿਹੜੇ ਗਦਰੀ ਬਾਬੇ ਸਾਡੇ ਸਤਿਕਾਰਯੋਗ ਬਾਬਾ ਚੰਨਣ ਸਿੰਘ ਅਤੇ ਬਾਬਾ ਬਘੇਲ ਸਿੰਘ ਜੀ, ਅੱਜ ਆਪਾਂ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਖਲੋਤੇ ਹਾਂ। ਜਿਹੜਾ ਉਹਨਾਂ ਦਾ ਘਰ ਪਰਿਵਾਰ ਆ, ਇਸ ਟਾਈਮ ਉਹਨਾਂ ਦੇ ਘਰ ਪਰਿਵਾਰ ਦੀ ਜਿਹੜੀ ਹਾਲਤ ਆ ਬਹੁਤ ਮੰਦੀ ਆ, ਬਹੁਤ ਹੀ ਬੁਰੇ ਹਾਲ ਆ। ਜਿਹੜਾ ਉਹਨਾਂ ਦਾ ਇੱਕ ਲੜਕਾ, ਜਿਹੜਾ ਬਾਬੇ ਬਘੇਲ ਸਿੰਘ ਨੇ ਆਪਣਾ ਪੁੱਤਰ ਮਤਵਾਨਾ ਬਣਾਇਆ ਸੀ, ਉਹਦਾ ਵੀਰ ਆ ਪਹਿਲਾਂ ਆਪਣਾ ਦਿਹਾੜੀ ਧੱਪਾ ਕਰਕੇ ਆਪਣਾ ਰਿਕਸ਼ਾ ਚਲਾ ਕੇ ਅਤੇ ਆਪਣੇ ਆਪ ਦਾ ਪੇਟ ਪਾਲਦਾ ਸੀ, ਆਪਣੇ ਆਪ ਦੀ ਪੁਰਤੀ ਕਰਦਾ ਸੀ ਅਤੇ ਲੀੜਾ ਕੱਪੜਾ ਪਾਉਂਦਾ ਸੀ। ਅੱਜ ਇਹ ਜਿਹੜਾ ਬੰਦਾ ਹੈ, ਇਹ ਬੰਦਾ ਕੰਮ ਕਾਰ ਤੋਂ ਸਮਰੱਥ ਆ, ਇਹਦੀਆਂ ਲੱਤਾਂ ਬਾਹਵਾਂ ਜਿਹੜੀਆਂ ਉਹ ਆਸਰਾ ਨਹੀਂ ਕਰਦੀਆਂ। ਜਿਹੜਾ ਇਹ ਬੰਦਾ ਹੈ ਅੱਜ ਇਸ ਟਾਈਮ 'ਤੇ ਮੰਗ ਕੇ ਰੋਟੀ ਪਾਣੀ ਜਿਹੜਾ ਲੋਕਾਂ ਦੇ ਘਰੋਂ ਛਕਦਾ ਹੈ। ਇਹਦੇ ਵਿੱਚ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ, ਖਾਸ ਕਰਕੇ ਸੈਂਟਰ ਗੌਰਮੈਂਟ ਨੂੰ, ਖਾਸ ਕਰਕੇ ਕਾਂਗਰਸ ਸਰਕਾਰ ਨੂੰ ਅਤੇ ਬਾਦਲ ਸਾਹਿਬ ਨੂੰ, ਬਾਦਲ ਸਾਹਿਬ ਜੀ, ਕੈਪਟਨ ਸਾਹਿਬ ਜੀ, ਆਪਣੇ ਮੋਤੀ ਮਹਿਲਾਂ 'ਚੋਂ ਬਾਹਰ ਨਿਕਲੋ ਅਤੇ ਬਾਹਰ ਨਿਕਲ ਕੇ ਵੇਖੋ ਜਿਹੜੇ ਸਾਡੇ ਕੌਮ ਦੇ ਹੀਰੇ, ਜਿਹੜੇ ਸਾਡੇ ਕੌਮ ਦੇ ਵਾਰਸ ਸੀ, ਜਿਹੜੇ ਸਾਡੇ ਕੌਮ ਦੇ ਯੋਧੇ ਸੀ, ਜਿਨ੍ਹਾਂ ਜੰਗਾਂ ਲੜੀਆਂ, ਉਹਨਾਂ ਦਾ ਪਰਿਵਾਰ ਕਿਸੇ ਦਾ ਰਕਸ਼ਾ ਚਲਾ ਰਿਹਾ, ਕਿਸੇ ਦਾ ਪਰਿਵਾਰ ਪੱਠੇ ਵੱਢ ਰਿਹਾ, ਕਿਸੇ ਦਾ ਪਰਿਵਾਰ ਰੋੜੇ ਢੋ ਰਿਹਾ ਹੈ। ਆਪਾਂ ਨੂੰ ਕੋਈ ਨਾ ਕੋਈ ਸ਼ਰਮ ਆਉਣੀ ਚਾਹੀਦੀ ਆ, ਕੋਈ ਨਾ ਕੋਈ ਐਲਰਜੀ ਆਉਣੀ ਚਾਹੀਦੀ ਆ, ਕੋਈ ਨਾ ਕੋਈ ਇੱਜ਼ਤ ਆਉਣੀ ਚਾਹੀਦੀ ਆ। ਆਪਾਂ ਇਸ ਚੀਜ਼ ਤੋਂ ਬਾਹਰ ਨਿਕਲੀਏ, ਆਪਾਂ ਆਪਣੇ ਮਹਿਲਾਂ ਤੋਂ ਬਾਹਰ ਨਿਕਲੀਏ, ਆਪਣੀਆਂ ਏਸੀ ਗੱਡੀਆਂ ਤੋਂ ਬਾਹਰ ਨਿਕਲੀਏ ਅਤੇ ਬਾਹਰ ਨਿਕਲ ਕੀ ਮੰਗ ਕਰਦੇ ਜੀ ਸਾਰ ਲਈਏ ਸਰਕਾਰ ਤੋਂ ਕੀ ਮੰਗ ਕਰਦੇ ਜੀ? ਮੈਂ ਜੀ ਸਰਕਾਰ ਨੂੰ ਇਹੋ ਹੀ ਬੇਨਤੀ ਕਰਦਾ ਵੀ ਆਪਾਂ ਆਪਣੇ ਰਾਜੇ ਘਰਾਣਿਆਂ ਤੋਂ ਜਿਹੜਾ ਹੈ ਬਾਹਰ ਉੱਠ ਕੇ ਨਿਕਲੀਏ, ਇਹਨਾਂ ਲੋਕਾਂ ਦੀ ਸਾਰ ਲਈਏ ਅਤੇ ਜੋ ਇਹਨਾਂ ਲੋਕਾਂ ਦੀਆਂ ਮੰਗਾਂ ਉਹ ਪੂਰੀਆਂ ਕਰੀਏ ਅਤੇ ਸਾਡਾ ਵੀਰ ਆ ਇਹਨੂੰ ਇੱਕ ਤਾਂ ਘਰ ਬਣਾ ਕੇ ਦਿੱਤਾ ਜਾਵੇ, ਘਰ ਦੇ ਨਾਲ ਇਹਦੀ ਮਾਲੀ ਸਹਾਇਤਾ ਕੀਤੀ ਜਾਵੇ, ਬਾਕੀ ਦੀ ਜਿਹੜੀ ਪੈਨਸ਼ਨ ਲਾਈ ਜਾਵੇ, ਅਤੇ ਜਿਹੜਾ ਇਹਦਾ ਖਰਚਾ ਜਿੰਨਾ ਵੀ ਇਹਦਾ ਖਰਚਾ ਸਾਰਾ ਸਰਕਾਰ ਚੁੱਕੇ ਅਤੇ ਚੁੱਕਣ ਦੀ ਹੱਕਦਾਰ ਵੀ ਹੈਗੀ ਹੈ ਜੀ। ਬਿਊਰੋ ਰਿਪੋਰਟ, ਪਬਲਿਕ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।